ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਪਲੀਜ਼ ਜੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ। ਅੱਜ ਆਪਾਂ ਤੁਹਾਨੂੰ ਸੂਟ ਦਿਖਾਉਂਦੇ ਹਾਂ ਜੀ। ਸੂਟ ਰਹਿਣਗੇ ਜੀ ਰਾਮਟੈਕਸ ਦੇ ਵਿੱਚ, ਅਲੱਗ ਅਲੱਗ ਕਲਰ ਹੋਣਗੇ ਜੀ, ਪ੍ਰਿੰਟਿੰਗ ਸੇਮ ਰਹੂਗੀ। ਦੋ ਪ੍ਰਿੰਟਿੰਗ ਦੇ ਵਿੱਚ ਆਪਣੇ ਕੋਲ ਸੂਟ ਨੇ, ਜਿਵੇਂ ਹੁਣ ਤੀਆਂ ਆ ਰਹੀਆਂ ਨੇ, ਹੈ ਨਾ, ਸਾਉਣ ਦਾ ਮਹੀਨਾ ਆਊਗਾ, ਮੂਹਰੇ ਪੈਣਾ ਵਿਦਾਊਟ ਲਾਈਨਿੰਗ ਸੂਟ ਨੇ, ਬਹੁਤ ਵਧੀਆ ਮੁਲਾਇਮ ਮੁਲਾਇਮ ਫੈਬਰਿਕ ਮਿਲੂਗੀ ਜੀ ਤੁਹਾਨੂੰ, ਤਾਂ ਤੁਸੀਂ ਸੂਟ ਕਨਫਰਮ ਕਰ ਸਕਦੇ, ਸੂਟ ਕਨਫਰਮ ਕਰਕੇ ਆਪਣਾ ਔਡਰ ਹੈ ਜਿਹੜਾ ਕਰ ਸਕਦੇ। ਚਲੋ ਜੀ, ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ। ਉਸ ਤੋਂ ਪਹਿਲਾਂ ਮੇਰੀ ਰਿਕੁਐਸਟ ਹੈ, ਆਪਣੀ ਇੰਸਟਾਗ੍ਰਾਮ ਦੀ ਆਈ ਡੀ ਹੈ ਰਾਜਵਿੰਦਰ ਸਿੱਧੂ 955, ਤੁਸੀਂ ਇੰਸਟਾਗ੍ਰਾਮ ਦੀ ਆਈ ਡੀ ਨੂੰ ਫੋਲੋ ਕਰੋ। ਉੱਥੇ ਪ੍ਰਿੰਟ ਸੂਟ, ਵਰਕ ਸੂਟ ਸਾਰੇ ਪਾਏ ਹੁੰਦੇ ਨੇ ਜੀ। ਇੱਕ ਆਪਾਂ ਨੇ ਨਿਊ ਚੈਨਲ ਬਣਾਇਆ ਜੀ, ਆਰ ਕੇ ਬੁਟੀਕ, ਉਹਨੂੰ ਵੀ ਤੁਸੀਂ ਸਬਸਕ੍ਰਾਈਬ ਕਰੋ ਜੀ। ਜਿੰਨਾ ਜਲਦੀ ਉਹਨੂੰ ਤੁਸੀਂ ਸਬਸਕ੍ਰਾਈਬ ਕਰਕੇ ਚਲਵਾਓਗੇ ਜੀ, ਉਨਾ ਜਲਦੀ ਆਪਾਂ ਨਾ ਉਹਦੇ ਚੈਨਲ 'ਤੇ ਆਪਾਂ ਸੂਟਾਂ ਦਾ ਵੀਡੀਓ ਲੈ ਕੇ ਆਇਆ ਕਰਾਂਗੇ ਜੀ। ਇਹ ਚੈਨਲ 'ਤੇ ਆਪਾਂ ਬਲੌਗ ਲੈ ਕੇ ਆਇਆ ਕਰਾਂਗੇ। ਪਲੀਜ਼ ਤੁਹਾਡੀ ਜੇ ਤੁਸੀਂ ਹੈਲਪ ਕਰੋਗੇ ਨਾ, ਤਾਂ ਹੀ ਉਹ ਚੈਨਲ ਨੇ ਚੱਲਣਾ ਜੀ, ਤਾਂ ਹੀ ਉਹ ਚੈਨਲ ਨੇ ਚੱਲਣਾ ਜੀ, ਨਾਲੇ ਤੁਸੀਂ ਵੱਧ ਤੋਂ ਵੱਧ ਸਪੋਰਟ ਕਰੋ। ਚਲੋ ਜੀ, ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ। ਦੇਖੋ ਜੀ, ਸਾਰਿਆਂ ਤੋਂ ਪਹਿਲਾਂ ਸੂਟ ਰਹੂਗਾ ਜੀ ਰਾਮਟੈਕਸ ਦਾ, ਸੇਮ ਕਲਰ ਦਿਖ ਰਿਹਾ ਜੀ ਫੋਨ ਦੇ ਵਿੱਚ। ਇਹ ਨਾ ਗ੍ਰੇ ਹੀ ਹੈ ਜੀ, ਨਾ ਪ੍ਰੋਪਰ ਨੇਵੀ ਬਲਿਊ ਹੈ, ਜੋ ਵੀ ਫੋਨ ਦੇ ਵਿੱਚ ਦਿਖ ਰਿਹਾ ਤੁਹਾਨੂੰ ਇਹ ਸੇਮ ਕਲਰ ਦਿਖੂਗਾ ਜੀ। ਇਸ ਤਰ੍ਹਾਂ ਦੀ ਆਪਾਂ ਨੇ ਸਲਵਾਰ ਲਾਈ ਹੈ ਜੀ, ਸਲਵਾਰ ਵੀ ਤੁਹਾਨੂੰ ਰਾਮਟੈਕਸ ਦੀ ਫੈਬਰਿਕ ਦੀ ਮਿਲੂਗੀ। ਇਹ ਨਹੀਂ ਹੈਗਾ ਵੀ ਸਲਵਾਰ ਆਪਾਂ ਕਿਸੇ ਹੋਰ ਫੈਬਰਿਕ ਦੀ ਲਾ ਦਾਂਗੇ। ਦੇਖੋ ਜੀ, ਆਪਾਂ ਤੁਹਾਨੂੰ ਸਟੈਂਪ ਲੱਗੀ ਵਾਲਾ ਕੱਪੜਾ ਦਿਖਾਵਾਂਗੇ, ਜਿਹਦੀ ਸਟੈਂਪ ਲੱਗੀ ਹੋਈ ਹੈ ਰਾਮਟੈਕਸ ਦਾ। ਇਹ ਸਾਰੀ ਫੈਬਰਿਕ ਹੈ ਜਿਹੜੀ ਰਾਮਟੈਕਸ ਦੀ ਰਹੂਗੀ। ਦੇਖੋ ਜੀ, ਜੋ ਵੀ ਤੁਹਾਨੂੰ ਇਹਨਾਂ ਦੇ ਵਿੱਚੋਂ ਕਲਰ ਪਸੰਦ ਹੈ, ਇਹਦੇ ਵਿੱਚ ਚਾਰ ਡਿਜ਼ਾਈਨ, ਚਾਰ ਕਲਰ ਹੋਣਗੇ ਜੀ, ਪ੍ਰਿੰਟਿੰਗ ਸੇਮ ਰਹੂਗੀ। ਇਹਨਾਂ ਨੂੰ ਤੁਸੀਂ ਕਿਵੇਂ ਮਰਜ਼ੀ, ਹੈ ਨਾ, ਲੈਸ ਵਗੈਰਾ ਲਾ ਕੇ ਸੂਟਾਂ ਦੇ ਡਿਜ਼ਾਇਨ ਬਣਾ ਕੇ, ਗਲੇ ਦਾ ਡਿਜ਼ਾਇਨ ਅਤੇ ਸੈਂਟਰ ਪੈਨਲ ਬਣਾ ਕੇ ਕਿਵੇਂ ਮਰਜ਼ੀ ਸੂਟ ਆ ਜਿਹੜਾ ਰੈਡੀ ਕਰ ਸਕਦੇ ਹੋ। ਦੇਖੋ ਜੀ, ਇਹ ਸੂਟ ਰਹੂਗਾ ਜੀ ਬਲੈਕ ਕਲਰ ਦੇ ਵਿੱਚ। ਮੈਂ ਤੁਹਾਨੂੰ ਦੱਸਿਆ ਪ੍ਰਿੰਟਿੰਗ ਸੇਮ ਰਹੂਗੀ ਜੀ, ਇਹਨਾਂ ਦੇ ਕਲਰ ਅਲੱਗ ਤੋਂ ਹੋਣਗੇ। ਦੇਖੋ ਜੀ, ਇਹ ਵੀ ਤੁਹਾਨੂੰ ਅੱਜ ਵਾਲੇ ਸੂਟਾਂ ਦੇ ਸੇਮ ਪ੍ਰਾਈਜ਼ ਰਹਿਣਗੇ ਜੀ। ਪਲੀਜ਼ ਵੀਡੀਓ ਐਂਡ ਤੱਕ ਦੇਖ ਲਿਆ ਕਰੋ, ਫਿਰ ਭੈਣਾਂ ਮੈਨੂੰ ਬਾਅਦ ਦੇ ਵਿੱਚ ਕਮੈਂਟ ਕਰਦੇ ਨੇ ਵੀ ਪ੍ਰਾਈਜ਼ ਦੱਸੋ। ਆਪਣੇ ਪ੍ਰਾਈਜ਼ ਹਰ ਇੱਕ ਵੀਡੀਓ ਦੇ ਵਿੱਚ ਦੱਸੇ ਹੁੰਦੇ ਨੇ ਜੀ। ਦੇਖੋ, ਦੋ ਕਲਰ ਆ ਗਏ ਜੀ, ਤੀਸਰਾ ਕਲਰ ਆ ਗਿਆ ਮਹਿੰਦੀ ਕਲਰ। ਦੇਖੋ, ਬਹੁਤ ਪਿਆਰੇ ਪਿਆਰੇ ਪ੍ਰਿੰਟ ਨੇ, ਬਹੁਤ ਸੋਹਣੇ ਵਿਦਾਊਟ ਲਾਈਨਿੰਗ, ਤੁਸੀਂ ਆਰਾਮ ਨਾਲ, ਬਹੁਤ ਵਧੀਆ ਮੁਲਾਇਮ ਮੁਲਾਇਮ ਕੋਟਨ ਹੈ ਇਹ, ਕੋਈ ਐਂ ਨਹੀਂ ਹੈਗਾ ਹਾਰਡ ਜੀ ਹੈ, ਵਧੀਆ। ਆਪਾਂ ਗਰਮੀ ਦੇ ਵਿੱਚ ਜਿਹੜੇ ਹਿਸਾਬ ਨਾਲ ਇੰਡੀਆ ਦੇ ਵਿੱਚ ਗਰਮੀ ਪੈ ਰਹੀ ਹੈ, ਬਹੁਤ ਵਧੀਆ ਫੈਬਰਿਕ ਰਹੂਗੀ ਜੀ। ਚਲੋ ਜੀ, ਚੌਥਾ ਕਲਰ ਆ ਗਿਆ ਇਹਦੇ ਵਿੱਚ ਇਸ ਤਰ੍ਹਾਂ ਦਾ ਮਹਿਰੂਨ ਕਲਰ, ਇਹਦੇ ਨਾਲ ਵੀ ਇਸ ਤਰ੍ਹਾਂ ਦੀ ਪਲੇਨ ਫੈਬਰਿਕ ਰਹੂਗੀ। ਰਾਮਟੈਕਸ ਦਾ ਇਹ ਸੂਟ ਰਹੂਗਾ ਜੀ। ਦੇਖੋ, ਜੋ ਵੀ ਤੁਹਾਨੂੰ ਪਸੰਦ ਹੈ। ਦੇਖੋ ਜੀ, ਰਾਮਟੈਕਸ ਦੀ ਇਹ ਫੈਬਰਿਕ ਰਹੂਗੀ, ਚਾਰ ਕਲਰ ਆ ਗਏ ਇਹਦੇ ਵਿੱਚ। ਇਹਦਾ ਪ੍ਰਾਈਜ਼ ਰਹੂਗਾ ਜੀ 1100 ਰੁਪਏ, ਸ਼ਿਪਿੰਗ ਚਾਰਜਸ ਵਿੱਚ ਹੀ ਹੋਣਗੇ। ਤੁਸੀਂ ਇਹ ਨਾ ਕਿਹਾ ਕਰੋ, ਹੈ ਨਾ, ਵੀ ਦੂਜੇ ਬੁਟੀਕ ਵਾਲਿਆਂ ਕੋਲ ਖਾਨੀ ਵਾਲੇ ਵਧੀਆ ਹੋਣਗੇ, ਵੀ ਖਾਨੀ ਇਹਨਾਂ ਦਾ ਰੇਟ ਘੱਟ ਹੈ, ਕੱਪੜਾ ਨਹੀਂ ਵਧੀਆ ਹੋਊਗਾ, ਸੇਮ ਫੈਬਰਿਕ ਹੋਊਗੀ ਜੀ। ਇਹ ਨਹੀਂ ਹੈਗਾ ਆਪਾਂ ਕਿਸੇ ਦੀ ਨਕਲ ਲਿਆਵਾਂਗੇ, ਬ੍ਰਾਂਡ ਦਾ ਜਿਹੜੀ ਵੀ ਬ੍ਰਾਂਡ ਹੋਊਗੀ ਆਪਾਂ ਦੱਸ ਕੇ ਸੂਟ ਹੈ ਜਿਹੜਾ ਤੁਹਾਨੂੰ ਦੇਵਾਂਗੇ। ਜੋ ਵੀ ਵੀਡੀਓ ਦੇ ਵਿੱਚ ਆਪਾਂ ਦਿਖਾਵਾਂਗੇ ਜੀ, ਉਹੀ ਸੂਟ ਤੁਹਾਡੇ ਘਰ ਤੱਕ ਪਹੁੰਚੂਗਾ ਜੀ। ਜਿੰਨਾ ਵੀ ਆਪਾਂ ਰੇਟ ਦੱਸਦਾ ਜੀ, ਉਨੇ ਰੇਟ ਦੇ ਵਿੱਚ ਤੁਹਾਡੇ ਘਰ ਤੱਕ ਸੂਟ ਤੁਹਾਨੂੰ ਮਿਲ ਜੂਗਾ, ਕਿਤੋਂ ਤੁਹਾਨੂੰ ਲੈਣ ਦੀ ਲੋੜ ਨਹੀਂ। ਇਹ ਨਹੀਂ ਹੈਗਾ ਵੀ ਆਪਾਂ ਤੁਹਾਨੂੰ ਇਹ ਕਹਾਂਗੇ ਤੁਸੀਂ। ਚਲੋ ਜੀ, ਅਗਲੀ ਪ੍ਰਿੰਟਿੰਗ ਰਹੂਗੀ ਇਸ ਤਰ੍ਹਾਂ ਦੀ ਮਹਿੰਦੀ ਕਲਰ ਦੀ, ਇਹਨਾਂ ਦੀ ਪ੍ਰਿੰਟਿੰਗ ਚੇਂਜ ਹੋਊਗੀ। ਦੇਖੋ, ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਦੀ ਹਾਂ। ਦੇਖੋ, ਇਹਦੇ ਵਿੱਚ ਵੀ ਚਾਰ ਕਲਰ ਮਿਲ ਜਾਣਗੇ ਤੁਹਾਨੂੰ, ਇਹ ਵੀ ਤੁਹਾਨੂੰ ਰਾਮਟੈਕਸ ਦੀ ਫੈਬਰਿਕ ਮਿਲੂਗੀ ਜੀ, ਇਸ ਤਰ੍ਹਾਂ ਦੀ ਮਹਿੰਦੀ ਕਲਰ ਦੀ ਸਲਵਾਰ ਮਿਲੂਗੀ। ਇਹਨਾਂ ਦਾ ਪ੍ਰਾਈਜ਼ ਰਹੂ ਇਸ ਤਰ੍ਹਾਂ ਦਾ। ਦੂਸਰਾ ਕਲਰ ਆ ਗਿਆ ਇਹ ਵਾਲਾ, 52 ਕਲਰ ਹੈ ਫੋਨ ਦੇ ਵਿੱਚ, ਜਮਾਂ ਸੇਮ ਕਲਰ ਦਿਖ ਰਿਹਾ ਜੀ, ਜਿਵੇਂ ਫੋਨ ਦੇ ਵਿੱਚ ਕਲਰ ਹੈ, ਸੇਮ ਸੂਟ ਦਾ ਕਲਰ ਹੈ। ਦੇਖੋ ਜੀ, ਕੋਟਨ ਮਿਲੂਗੀ ਤੁਹਾਨੂੰ, ਬਹੁਤ ਵਧੀਆ ਮੁਲਾਇਮ ਮੁਲਾਇਮ, ਬਹੁਤ ਵਧੀਆ ਕੋਟਨ ਹੈ ਇਹ, ਗਰਮੀ ਦੇ ਵਿੱਚ ਵਿਦਾਊਟ ਲਾਈਨਿੰਗ ਤੁਸੀਂ ਕਿਵੇਂ ਮਰਜ਼ੀ
ਪਾ ਸਕਦੇ। ਤੀਸਰਾ ਕਲਰ ਆ ਗਿਆ ਜੀ ਇਹ ਵਾਲਾ, ਦੇਖੋ ਦੇਖੋ ਬਹੁਤ ਵਧੀਆ। ਕਿਵੇਂ ਮਰਜ਼ੀ ਤੁਸੀਂ ਕੋਟਨ ਦੇ ਡਿਜ਼ਾਇਨ ਬਣਾ ਕੇ, ਕੋਟਨ ਦੀ ਲੇਸ ਲਾ ਕੇ ਡਿਜ਼ਾਇਨ ਬਣਾ ਸਕਦੇ ਹੋ, ਸੂਟ ਰੈਡੀ ਕਰ ਸਕਦੇ ਹੋ ਇਸ ਤਰ੍ਹਾਂ ਦੀ। ਇਹਦੇ ਨਾਲ ਬਰਾਊਨ ਜਿਹੇ ਕਲਰ ਦੀ, ਦਾਖੀ ਕਲਰ ਦੀ ਬੋਲ ਦਿੰਦੇ ਨੇ, ਮਾਸਟਰਡ ਕਲਰ ਨਹੀਂ ਹੈਗਾ ਜਿਵੇਂ ਦਾ ਫੋਨ ਦੇ ਵਿੱਚ ਦਿਖ ਰਿਹਾ ਜੀ, ਸੇਮ ਕਲਰ ਰਹੂਗਾ। ਤੁਸੀਂ ਜਿਹੜਾ ਸੂਟ ਹੈ ਸਕਰੀਨਸ਼ੋਟ ਲੈ ਕੇ ਮੈਸੇਜ ਕਰ ਸਕਦੇ ਹੋ। ਚੌਥਾ ਕਲਰ ਆਊਗਾ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਬਲੈਕ ਕਲਰ, ਜਿਹੜੀ ਬਲੈਕ ਕਲਰ ਦੀ ਪ੍ਰਿੰਟਿੰਗ ਹੈ ਦੇਖ, ਬਹੁਤ ਵਧੀਆ ਮੁਲਾਇਮ ਮੁਲਾਇਮ ਨਾਲ ਦਾ ਹੀ ਤੁਹਾਨੂੰ ਸਲਵਾਰ ਦਾ ਕੱਪੜਾ ਮਿਲੂਗਾ ਜੀ, ਰਾਮਟੈਕਸ ਦੀ ਸ਼ਰਟ ਦਾ ਕੱਪੜਾ ਮਿਲੂਗਾ। ਦੇਖੋ ਇਹ ਨਹੀਂ ਹੈਗਾ ਆਪਾਂ ਤੁਹਾਨੂੰ ਕੋਈ ਗਲਤ ਚੀਜ਼ ਦੇਵਾਂਗੇ, 1000 ਰੁਪਏ ਦੇ ਵਿੱਚ ਸੂਟ ਹੈ ਜਿਹੜਾ ਤੁਹਾਡੇ ਘਰ ਤੱਕ ਪਹੁੰਚ ਜੂਗਾ। ਤੁਸੀਂ ਇਹ ਨਾ ਕਿਹਾ ਕਰੋ ਵੀ ਹੈ ਨਾ ਖਾਨੀ ਇਹਨਾਂ ਦੇ ਜੇ ਸੂਟ ਰੇਟ ਘੱਟ, ਸੂਟਾਂ ਦੇ ਰੇਟ ਘੱਟ ਨੇ ਵੀ ਤਾਂ ਇਹਨਾਂ ਦਾ ਖਾਨੀ ਕੋਈ ਸੂਟ ਨਾ ਵਧੀਆ ਹੋਵੇ, ਕੱਪੜਾ ਨਾ ਵਧੀਆ ਹੋਵੇ ਜੀ, ਸੇਮ ਫੈਬਰਿਕ ਹੋਊਗੀ। ਇਹ ਨਹੀਂ ਹੈਗਾ ਵੀ ਆਪਾਂ ਤੁਹਾਨੂੰ ਕੋਈ ਨਕਲ ਲਿਆ ਕੇ ਵੇਚਾਂਗੇ। ਤੁਸੀਂ ਇੱਕ ਇੱਕ ਸਿੰਗਲ ਸੂਟ ਔਡਰ ਕਰਕੇ ਦੇਖ ਸਕਦੇ ਹੋ, ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗ ਜੂਗਾ ਹੈ ਨਾ ਵੀ ਕਿਵੇਂ ਦੀ ਫੈਬਰਿਕ ਹੈ, ਕਿਵੇਂ ਦੇ ਇਹਨਾਂ ਦੇ ਪ੍ਰਾਈਜ਼ ਨੇ। ਦੇਖੋ ਲਓ ਜੀ ਸਕਰੀਨਸ਼ੋਟ ਆਪਾਂ ਦੁਬਾਰਾ ਤੋਂ ਦਿਖਾਉਂਦੇ, 8 ਸੂਟ ਨੇ, 8 ਸੂਟਾਂ ਦੇ ਕਲਰ ਨੇ ਜਿਹੜੇ ਉਹ ਅਲੱਗ ਅਲੱਗ ਰਹਿਣਗੇ ਜੀ, ਪ੍ਰਿੰਟਿੰਗ 4-4 ਕਲਰ ਦੀ ਹੈ। ਦੇਖੋ ਜੀ ਜੋ ਵੀ ਤੁਹਾਨੂੰ ਆਪਾਂ ਇਸ ਤਰ੍ਹਾਂ ਸੂਟ ਹੈ ਜਿਹੜਾ ਸਿੰਗਲ ਸਿੰਗਲ ਚੱਕਾਂਗੇ, ਜੋ ਵੀ ਤੁਹਾਨੂੰ ਸੂਟ ਪਸੰਦ ਹੈ ਤਾਂ ਤੁਸੀਂ ਸਕਰੀਨਸ਼ੋਟ ਲੈ ਕੇ ਮੈਸੇਜ ਕਰ ਸਕਦੇ ਹੋ। ਲਓ ਭੈਣਾਂ ਨੂੰ ਮੇਰੀ ਰਿਕੁਐਸਟ ਹੈ ਜੀ, ਤੁਸੀਂ ਪ੍ਰਿੰਟ ਸੂਟ ਦੇ ਔਡਰ ਨੇ ਜਿਹੜੇ ਜਲਦੀ ਜਲਦੀ ਕਨਫਰਮ ਕਰ ਲਿਆ ਕਰੋ, ਬਾਅਦ ਦੇ ਵਿੱਚ ਸੇਮ ਕਲਰ ਸੇਮ ਪ੍ਰਿੰਟ ਮਿਲਣਾ ਬਹੁਤ ਮੁਸ਼ਕਲ ਹੋ ਜਾਂਦਾ। ਪਤਾ ਹੁਣ ਕੀ ਹੈ ਅੱਗੇ ਮੌਸਮ ਹੈ ਗਰਮੀ ਹੈ ਜਿਹੜੀ ਹੈ ਨਾ, 2 ਮਹੀਨੇ ਪੈਣੀ ਹੈ ਬਸ, ਹੁਣ ਮਾਰਕੀਟ ਦੇ ਵਿੱਚ ਜਿਹੜੀ ਕੋਟਨ ਦੇ ਪ੍ਰਿੰਟਿੰਗ ਹੈ ਨਿਊ ਆਉਣੋ ਬੰਦ ਹੋ ਗਈ ਜੀ, ਬਸ ਥੋੜ੍ਹੇ ਜਿਹੜੇ ਆਉਣਗੇ ਹੁਣ ਰਾਮਟੈਕਸ ਦੇ ਪ੍ਰਿੰਟ ਹੀ ਆਉਣਗੇ, ਜ਼ਿਆਦਾ ਨਹੀਂ ਆਉਣੇ। ਇਸ ਤੋਂ ਬਾਅਦ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਜਾਣਾ ਤਾਂ ਕਰਕੇ, ਅਤੇ ਹੋਰ ਫੈਬਰਿਕ ਆਉਣੀ ਸਟਾਰਟ ਹੋ ਜੂਗੀ ਸਿੰਥੈਟਿਕ। ਪਲੀਜ਼ ਤੁਸੀਂ ਜਲਦੀ ਤੋਂ ਜਲਦੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਵੇ ਤਾਂ ਤੁਸੀਂ ਕਨਫਰਮ ਕਰਕੇ ਲੈ ਸਕਦੇ ਹੋ। ਦੇਖੋ ਜੀ ਸਾਰੇ ਸੂਟ ਬਹੁਤ ਸੋਹਣੇ ਨੇ, ਪਿਆਰੇ ਨੇ, ਕਲਰ ਬਹੁਤ ਸਾਰੇ ਨੇ। ਹਾਂ 4-4 ਕਲਰ ਦਾ ਸੈੱਟ ਸੀ ਜੀ, ਆਪਾਂ 4-4 ਕਲਰ ਲੈ ਆਉਂਦੇ। ਜੋ ਵੀ ਤੁਹਾਨੂੰ ਸੂਟ ਪਸੰਦ ਹੈ ਤਾਂ ਤੁਸੀਂ ਸਕਰੀਨਸ਼ੋਟ ਲੈ ਕੇ ਮੈਸੇਜ ਕਰ ਸਕਦੇ ਹੋ। ਚਲੋ ਜੀ ਮੈਂ ਤੁਹਾਨੂੰ 8-9 ਸੂਟ ਦਿਖਾ ਦਿੱਤੇ ਨੇ, ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਇਨ ਤੁਹਾਨੂੰ ਪਸੰਦ ਆਏ ਹੋਣਗੇ। ਇੱਕ ਭੈਣਾਂ ਨੂੰ ਰਿਕੁਐਸਟ ਹੈ ਜੀ, ਜੇ ਤੁਸੀਂ ਨੇ ਵਰਕ ਵਾਲੇ ਸੂਟ ਰੈਡੀ ਕਰਵਾਉਣੇ ਨੇ ਜੀ, ਹੈਂਡ ਵਰਕ ਦੇ, ਆਰੀ ਵਰਕ ਦੇ, ਮਸ਼ੀਨ ਵਰਕ ਦੇ, ਤਾਂ ਤੁਸੀਂ ਆਪਣਾ ਔਡਰ ਹੁਣ ਤੋਂ ਸਟਾਰਟ ਕਰ ਲਓ ਹੈ ਨਾ। ਜੇ ਕੋਈ ਵਿਆਹ ਪ੍ਰੋਗਰਾਮ ਵਾਸਤੇ ਤੁਸੀਂ ਸੂਟ ਰੈਡੀ ਕਰਵਾਉਣੇ ਨੇ, ਪਤਾ ਕੀ ਹੈ ਹੁਣ ਵਰਕਰਾਂ ਨੂੰ ਕੋਲ ਟਾਈਮ ਹੈਗਾ ਹਜੇ, ਅਤੇ ਉਹ ਫਿਰ ਵਧੀਆ ਆਪਾਂ ਨੂੰ ਜਦੋਂ ਆਪਾਂ ਖੁੱਲ੍ਹਾ ਟਾਈਮ ਦੇ ਕੇ ਕੰਮ ਕਰਾਉਂਦੇ ਹਾਂ ਜੀ, ਉਹ ਬਹੁਤ ਵਧੀਆ ਸਾਫ਼ ਕੰਮ ਕਰਦੇ ਨੇ। ਜਦੋਂ ਆਪਾਂ 10-15 ਦਿਨਾਂ ਦੇ ਵਿੱਚ ਉਹਨਾਂ ਨੂੰ ਕਾਹਲੀ ਕਾਹਲੀ ਕਰੀ ਜਾਂਦੇ ਹਾਂ ਹੈ ਨਾ, ਫਿਰ ਥੋੜ੍ਹਾ ਜਿਹਾ ਚਾਹੇ ਕਿੰਨਾ ਮਰਜ਼ੀ ਅਗਲਾ ਵਿਹਲਾ ਬੈਠਾ ਹੋਵੇ, ਜਦੋਂ ਆਪਾਂ ਉਹਨਾਂ ਨੂੰ ਟੋਕਾ ਟਾਕੀ ਕਰੀ ਜਾਂਦੇ ਹਾਂ, ਮੱਲੋ ਮੱਲੀ ਬੰਦਾ ਕਨਫਿਊਜ਼ ਹੋ ਜਾਂਦਾ ਆਪਣੇ ਵਾਲਾ ਕੰਮ ਹੀ ਹੁੰਦਾ ਹੈ ਨਾ। ਜੋ ਵੀ ਤੁਹਾਨੂੰ ਇਹਨਾਂ ਦੇ ਵਿੱਚੋਂ ਸੂਟ ਪਸੰਦ ਹੈ ਅਤੇ ਬੰਦਾ ਆਟੋਮੈਟਿਕ ਕਨਫਿਊਜ਼ ਹੋ ਜਾਂਦਾ, ਜਲਦੀ ਜਲਦੀ ਕਰੀਏ ਵੀ ਜਲਦੀ ਜਲਦੀ ਕਰੀਏ ਫਿਰ ਉੱਥੇ ਕੰਮ ਗਲਤ ਹੋ ਜਾਂਦਾ। ਪਲੀਜ਼ ਮੈਂ ਤੁਹਾਨੂੰ ਰਿਕੁਐਸਟ ਕਰਦੀ ਹਾਂ ਜੀ, ਜੇ ਤੁਸੀਂ ਕੋਈ ਆਪਣੇ ਔਡਰ ਵਾਲੇ ਸੂਟ ਕਰਵਾਉਣੇ ਨੇ, ਵਰਕ ਵਾਲੇ ਸੂਟ ਕਰਵਾਉਣੇ ਨੇ, ਤਾਂ ਤੁਸੀਂ ਆਪਣਾ ਹੁਣ ਤੋਂ ਔਡਰ ਸਟਾਰਟ ਕਰ ਲਓ ਜੀ। ਕੋਈ ਗੱਲ ਨਹੀਂ, 2 ਮਹੀਨਿਆਂ ਦੇ ਵਿੱਚ ਦੀ ਹੌਲੀ ਹੌਲੀ ਸੂਟ ਨੇ ਜਿਹੜੇ ਤੁਹਾਡੇ ਬਹੁਤ ਸੋਹਣੇ ਬਣ ਜਾਣਗੇ, ਬਹੁਤ ਵਧੀਆ ਤਿਆਰ ਹੋ ਜਾਣਗੇ। ਅਤੇ ਇੱਕ ਭੈਣਾਂ ਨੂੰ ਰਿਕੁਐਸਟ ਹੈ, ਆਪਾਂ ਨੇ ਨਿਊ ਚੈਨਲ ਬਣਾਇਆ ਜੀ ਆਰ ਕੇ ਬੁਟੀਕ, ਨੇ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਉਹ ਸੂਟਾਂ ਦੇ ਉਸ ਚੈਨਲ ਦੇ ਸੂਟਾਂ ਦੀ ਵੀਡੀਓ ਆਪਾਂ ਅਪਲੋਡ ਕਰਿਆ ਕਰੀਏ, ਨਾਲੇ ਵਲੌਗ ਪਾ ਲਿਆ ਕਰੀਏ ਜੀ ਇਸ ਚੈਨਲ 'ਤੇ। ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ, ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ।